ਪੱਕੀ ਵਾਲ ਦੇ ਇੱਕ ਪਿਸਤੇ ਨਾਲ ਤੋਹਫਾ ਹੀ ਆ ਗਿਆ ਪੈਸੇ ਕਿੰਨੇ ਨੇ ਸਾਡੇ 26 ਡਿਮਾਂਡ ਲਓ ਰੇਟ ਪਈ ਤੁਹਾਨੂੰ 20 ਲੱਖ ਰੁਪਏ ਆ ਨਹੀਂ 20 ਤੇ ਬੰਦਾ ਹੀ ਨਹੀਂ ਹੈ ਫੁੱਲ ਆਪਸ਼ਨ ਯੂਜੀ ਹੈ ਯਾਰ ਤੂੰ ਬੋਲੇਗਾ ਦੂਜਿਆਂ ਦੇ ਇੱਕ ਪਿਸਤੀ ਵਾਲ ਇੱਕ ਪਿਸਤੀ ਵਾਲ ਅਜਾ ਤੂੰ ਲੈ ਲੈ ਤੂੰ ਇਹ ਮੁੱਲ ਲਾ ਸੋਨੇ ਦਾ ਕਰਕੇ ਤੁਸੀਂ ਵੀ ਲਾ ਦਿਓ ਤੁਸੀਂ ਲਾ ਦਿਓ 20 ਲੱਖ ਰੁਪਏ ਆ ਹਾਂ ਤੇ ਬੋਲੋ ਨਹੀਂ ਸਮਝ ਗਏ ਬੋਲੋ ਜੀ ਇੱਕ ਪਿਸਤੀ ਡੱਚਿੰਗ ਦੇ ਨਾਲ ਹੁੰਦਾ ਨੰਬਰ ਨੰਬਰ ਪਾਕਿਸਤਾਨ ਦਾ ਸਿਰਫ 8 ਔਰ ਨੰਬਰ ਵੀ 8 ਲੱਗਾ ਵਨ ਡਿਜਿਟ ਨੰਬਰ ਹੈ ਸਵਾ ਭਾਈ ਸਵਾ ਭਾਈ ਸਵਾ ਭਾਈ ਸਵਾ ਭਾਈ ਸਵਾ ਭਾਈ 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 ਸਵਾ ਭਾਈ ਉਹ ਕੀ ਕਹਿੰਦੇ ਆ ਸਰਦਾਰ ਸਾਹਿਬ ਆ ਜਾਓ ਇਧਰ ਡਿਮਾਂਡ ਕੀ ਹੋਣਾ ਜੀ ਡਿਮਾਂਡ ਮੇਰਾ ਕਿੰਨੀ ਕੀਤੀ ਸੀ 26 ਲੱਖ ਰੁਪਏ ਨਵਾਂ ਹੁੰਦਾ 0 ਮੀਟਰ ਹੁੰਦਾ ਜੀ ਯਾਰ ਗਾਰੰਟੀ ਨਾਲ ਇੱਕ ਫਿੱਟ ਅੱਛੇ ਗੱਡੀ ਦਾ माई तंग आ जाए डोगर मोटर वाला मैनू टक्कर गया ਮੈਨੂੰ ਆ ਕੇ ਨੀਵੀਂ ਸਭ ਬਣਾ ਦੇਣਾ ਕਿ ਪੰਜੀਆਂ ਦੀ ਮਾਲ ਜਿਹੜਾ ਦਾ ਸ਼ਕੀਨ ਆਏਗਾ 1000 ਰੁਪਏ ਕਰ ਮੇਰੇ ਪੈਸੇ ਲੈ ਮੈਂ ਖਰੇ ਲਿਆ ਆ
ਅੱਗੋ ਮੇਰਾ ਘਰ ਰੁਕਿਆ ਸੀਗਾ ਤੈਨੂੰ ਪਤਾ ਤਾਂ ਹੁੰਦਾ ਸਾਰਾ ਤੱਕ ਜਿਹੜੀ ਪੇਮੈਂਟ ਸਵੇਰੇ ਇਸ ਤੋਂ ਕਰਾਂਗੇ ਭਾਈ ਸਵੇਰੇ ਫਸਟ ਟਾਈਮ ਤੁਹਾਨੂੰ 9 ਵਜੇ ਸਲਿੱਪ ਕਢਾ ਦੇਵਾਂਗੇ ਬਾਇਓਮੈਟ੍ਰਿਕ ਕਰਾ ਕੇ ਲੈ ਲੈ ਉੱਥੇ ਜਾਓ ਉੱਥੇ ਜਾ ਕੇ ਦੇ ਦੋ ਪੈਸੇ ਸਾਨੂੰ ਨਾ ਤੰਗ ਕਰੋ ਜਾਈ ਪਾ ਜੀ ਚਲੋ ਜਾਣ ਦਿਓ ਕਿ ਚਲੋ ਅੱਲਾ ਜੀ ਫੜਾ ਕਰਨੀ ਸਾਨੂੰ ਲਿਓ ਤੇ ਦੇਈ ਪਾਣੀ ਦੇਈ ਹਾਂ ਦੇਈ ਗੱਲ ਪਾ ਕੇ ਆ ਰਿਹਾ ਕਿੰਨੇ ਦੇ ਜੀ ਗੱਡੀ ਵੇਖ ਲੋ ਤੇਈ ਪਾਣੀ ਦਾ ਬੋਸ ਇਹ ਖੋਲੋ ਤਰਾ ਦਰਵਾਜ਼ਾ ਕੀ ਆਂਦਾ ਦੂਜੀ ਦਾ ਤਾਂ ਬਈ ਆਪਾਂ ਨੂੰ ਇੱਕ ਪੀਸ ਦੀ ਬਾਤ ਦੇ ਰਹੇ ਨੇ ਗੱਡੀ ਤੁਸੀਂ ਵੀ ਦੇ ਵੇਖਿਆ ਕਰੋ ਨਾ ਯਾਰ ਗੱਡੀ ਦੇ ਕੰਡੀਸ਼ਨ ਨਾਲ ਮੁੱਲ ਲਾਇਆ ਕਰੋ ਕਿੰਨਾ ਨਹੀਂ ਦੇਣੀ ਫਾਈਨਲ ਯਾਰ ਭਾਈ ਦੱਸੋ ਹਾਂਜੀ ਸਾਹਿਬ ਕਿੰਨੇ ਦੇਣੀ ਫਾਈਨਲ ਸਾਢੇ 26 ਦੀ ਆਖਾਂ 26 ਦੀ ਦੇ ਦੇ ਗੱਡੀ 26 ਲੱਖ ਦੀ ਕੀ ਗੱਲੋ ਅਗਰ ਥੋੜੀ ਜੀ 7 ਵਜੇ ਦੇ ਦੇਵੋਗੇ ਮੇਰੇ ਸਵਾਲ ਜੋ ਕਹਿਤਾ ਹੋ ਗਈ ਕੌਣ ਸਾ ਮਾਡਲ ਹੈ ਜੀ ਦੇਖ ਲਓ ₹1,75,000 ₹75,000 ਡੀਲ ਕਰ ਰਹੇ ਆ ਅਜੇ ਤੇ ਪੁੱਤ ਜੰਮੇ ਨੀ ਜਿਹੜੀ ਡੋਗਰ ਦੀ ਮੋੜ ਦੇ ਹੋਏ
ਛੱਤ ਪਿਲੇ ਜਨਵਨ ਜਨਾਬ ਦੋ
ਕੋਈ ਗੱਲ ਨਹੀਂ ਨਾ ਜਾਣ ਲਵੇ ਉਹ ਚਲੋ ਜੀ ਹੁਣ ਦੀ ਖਾਲਾ ਮੇਰੀ ਸਮਝ ਨੀ ਆਉਣੀ ਮੈਨੂੰ ਤੁਹਾਡੀ ਰਾਣੇ ਖੁਰਨ ਕੋਲੋਂ 75,000 ਰੁਪਏ ਦੀ ਤੂੰ ਇਹ ਦੱਸ ਵੀ ਆਟੋ ਜੀ ਐਲ ਆਈ 37,75,000 ਲਿਆ ਕੇ ਦਿੱਤੀ ਬਾਰੇ ਦੀ ਗੱਡੀ ਸੀ ਸਿਲਵਰ ਰੰਗ ਦੀ ਉਹ ਇਸ ਬੰਦੇ ਨੇ ਗੱਡੀ ਛੱਡੀ ਗਰੰਟੀ ਦੇ ਰੈਮਿਸ਼ਨ ਪਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਗੱਡੀ ਲੈ ਕੇ ਦਿੱਤੀ ਅਲਟਸ 2000 ਤੇ 15/16 32,00,000 ਰੁਪਏ ਦੀ ਉਹ ਇਸ ਬੰਦੇ ਨੇ ਗੱਡੀ ਛੱਡੀ ਉਸ ਤੋਂ ਬਾਅਦ ਆ ਗਿਆ ਉਹ ਕਬੂਤਰ ਜਿਹੜਾ ਕਦੀ ਇੱਥੇ ਬਹਿੰਦਾ ਤੇ ਕਦੀ ਇੱਥੇ ਬਹਿੰਦਾ ਤੇ ਕਦੀ ਤੇ ਜਿਹੜਾ ਕਬੂਤਰ ਉਹ ਕਦੀ ਨਹੀਂ ਕਾਮਯਾਬ ਹੋਇਆ ਜਿਹੜਾ ਬੰਦਾ ਦੋ ਲੱਤਾਂ ਇਹ ਨਾ ਮੇਰੇ ਕੋਲ ਗੱਡੀ ਲੈ ਲੈਂਦਾ ਤੇ ਚਸਕੇ ਲੈਂਦਾ ਲੋਕਾਂ ਕੋਲੋਂ ਉਦਣ ਵੀ ਸ਼ਹਿਰ ਹੀ ਵਾਪਸ ਗਏ ਨੇ ਵਿਹਲੇ ਤੇ ਪਿਛਲੇ ਇਤਵਾਰ ਵੀ ਆਏ ਸਨ ਸਾਰਾ ਦਿਨ ਇੱਥੇ ਫਿਰਦੇ ਰਹੇ ਨੇ ਗੱਡੀਆਂ ਵਹਿੰਦੇ ਰਹੇ ਨੇ ਲੇਕਿਨ ਇਹਨਾਂ ਨੂੰ ਸਮਝ ਨਹੀਂ ਆਈ ਕੋਈ ਗੱਡੀ ਇਹ ਵਾਪਸ ਤੁਰ ਗਏ ਨੇ ਅੱਜ ਵੀ ਅੱਲਾ ਦੇ ਖੁਣੇ ਨੇ ਵਾਪਸ ਹੀ ਜਾਣਾ ਉੱਪਰ 28,00,000 ਰੁਪਏ ਕਹਿ ਰਹੇ ਜੀ 11-14